ਕਈ ਦਿਨ ਤੋਂ ਵਾਇਰਲ ਹੋ ਰਹੀ ਆਡੀਓ ਕਲਿੱਪ ਦੀ ਗੂੰਜ ਨਗਰ ਨਿਗਮ ਦੀ ਬੈਠਕ ਵਿੱਚ ਗੂੰਜੀ। ਆਡੀਓ ਕਲਿੱਪ ਦੀ ਗੂੰਜ ਨਾਲ ਭਾਜਪਾ ਦੇ ਕੌਂਸਲਰ ਅਤੇ ਡਿਪਟੀ ਮੇਅਰ ਦੇ ਵਿੱਚ ਗੱਲ ਹੱਥੋਂ ਪਾਈ ਤੱਕ ਪਹੁੰਚ ਗਈ, ਪਰ ਮੇਅਰ ਅਤੇ ਕੌਂਸਲਰ ਦੇ ਵਿੱਚ ਬਚਾਵ ਵਿੱਚ ਮਾਮਲਾ ਸ਼ਾਂਤ ਹੋ ਗਿਆ। ਦਰਅਸਲ ਇੱਕ ਆਡੀਓ ਕਲਿੱਪ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਇਸ ਨੂੰ ਕੌਂਸਲਰ ਨਿਗਮ ਦੀ ਇੱਕ ਅਧਿਕਾਰੀ ਦੀ ਆਵਾਜ਼ ਦੱਸ ਰਹੇ ਸਨ। ਭਾਜਪਾ ਕੌਂਸਲਰ ਆਰਤੀ ਚੌਹਾਨ ਨੇ ਸਦਨ ਦੇ ਮੁਖੀਆ ਤੋਂ ਕਾਰਵਾਈ ਦੀ ਮੰਗ ਕੀਤੀ ਸੀ, ਪਰ ਆਡੀਓ ਕਲਿੱਪ 'ਤੇ ਕਾਰਵਾਈ ਦੀ ਮੰਗ 'ਤੇ ਕੌਂਸਲਰ ਆਰਤੀ ਚੌਹਾਨ ਅਤੇ ਡਿਪਟੀ ਮੇਅਰ ਰਾਕੇਸ਼ ਸ਼ਰਮਾ ਦੇ ਵਿੱਚ ਤੂੰ ਮੈਂ ਹੋ ਗਈ। ਮੇਅਰ ਕੁਸੁਮ ਸਦਰੋਟ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਦੇ ਵਾਕਿਆ ਦੁਬਾਰਾ ਨਾ ਹੋਣ। ਉਹਨਾਂ ਕਿਹਾ ਕਿ ਜੇਕਰ ਸਦਨ ਵਿੱਚ ਵਾਰ ਵਾਰ ਨਿਗਮ ਦੀ ਗਰਿਮਾ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਉਹ ਕਾਨੂੰਨੀ ਕਾਰਵਾਈ ਤੋਂ ਪਿੱਛੇ ਨਹੀਂ ਹਟਣਗੇ। ਪਹਿਲੇ ਮੈਂ ਆਪਣੇ ਸਮਕਸ਼ ਇੱਕ ਵਾਕਿਆ ਲਾਣਾ ਚਾਹੂੰਗੀ। ਆਜ ਹਾਊਸ ਮੈਂ ਮੈਨੇ ਮੁੱਦਾ ਉਠਾਇਆ, ਇੱਕ ਆਡੀਓ ਵਾਇਰਲ ਹੁਆ ਹੈ ਕਿਸੀ ਅਧਿਕਾਰੀ ਕਾ, ਤੋ ਮੈਂ ਉਸ ਪੇ ਬੋਲ ਰਹੀ ਥੀ ਔਰ ਸਾਰੇ ਪਾਰਸ਼ਦੋਂ ਨੇ ਮੇਰਾ ਸਾਥ ਦਿਆ ਕਿ ਉਸ ਅਧਿਕਾਰੀ ਕੇ ਅਗੇਂਸਟ ਕਾਰਵਾਈ ਹੋਣੀ ਚਾਹੀਏ ਔਰ ਹਮ ਉਸ ਅਧਿਕਾਰੀ ਕੇ ਸਾਥ ਕਾਮ ਨਹੀਂ ਕਰਨਾ ਚਾਹਤੇ ਹੈ, ਜੋ ਐਮ ਸੀ ਕੇ ਲਈ ਸਿੰਸੀਅਰ ਨਹੀਂ ਹੈ ਔਰ ਜਿਸਨੇ ਹਮਾਰੀ ਲੇਡੀ ਮੇਅਰ ਕੇ ਲਈ ਇਤਨੀ ਗਲਤ ਵਰਡਿੰਗ ਯੂਜ਼ ਕੀ ਗਈ ਹੈ ਔਰ ਹਮਾਰੇ ਅਧਿਕਾਰੀਓ ਕੇ ਲਈ ਗਲਤ ਵਰਡਿੰਗ ਯੂਜ਼ ਕੀ ਗਈ ਹੈ ਉਸ ਆਡੀਓ ਮੈਂ, ਤੋ ਹਮਨੇ ਕਹਾ ਇਸਕੀ ਜਾਂਚ ਕਰਾਈ ਜਾਏ ਕਿਤਨਾ ਸੱਚ ਹੈ ਯੇ ਆਡੀਓ ਕਿਤਨਾ ਗਲਤ ਹੈ। ਤੋ ਉਸ ਬੀਚ ਸਭ ਪਾਰਸ਼ਦੋਂ ਕੀ ਰਾਏ ਲਈ ਗਈ ਹੈ, ਸਭੀ ਪਾਰਸ਼ਦੋਂ ਨੇ ਕਿਹਾ ਕਿ ਕੜੀ ਸੇ ਕੜੀ ਕਾਰਵਾਈ ਕੀ ਜਾਏ ਔਰ ਹਮ ਇਸਕੇ ਸਾਥ ਜਬ ਡਿਪਟੀ ਮੇਅਰ ਸਰ ਕੀ ਬਾਰੀ ਆਤੀ ਹੈ ਤੋ ਉਹ ਬੋਲ ਉਨਕੇ ਕੁਛ ਅਲਗ ਵਿਚਾਰ ਥੇ, ਤੋ ਉਨ੍ਹੇ ਆਪਣਾ ਵਿਚਾਰ ਰੱਖਣੇ ਕਾ ਪੂਰਾ ਅਧਿਕਾਰ ਹੈ, ਲੇਕਿਨ ਜਬ ਮੈਨੇ ਉਨਸੇ ਯੇ ਕਿਹਾ ਕਿ ਸਰ ਆਪ ਮੁੱਦੇ ਪੇ ਬਾਤ ਕਰੇ ਤੋ ਉਨ੍ਹੋਂਨੇ ਮੁਝਸੇ ਮਿਸਬਿਹੇਵ ਕੀਆ ਔਰ ਉਨ੍ਹੋਂਨੇ ਮੁਝਸੇ ਤੂ ਸੇ ਬਾਤ ਕੀ ਔਰ ਉਨ੍ਹੋਂਨੇ ਮੇਰੀ ਤਰਫ ਪੁਆਇੰਟ ਆਊਟ ਕੀਆ ਜੋ ਮੁਝੇ ਪਸੰਦ ਨਹੀਂ ਆਇਆ, ਬੀਂਗ ਅ ਫੀਮੇਲ ਪਾਰਸ਼ਦ ਮੁਝੇ ਵੋ ਉਨਕੀ ਟਿੱਪਣੀ ਠੀਕ ਨਹੀਂ ਲੱਗੀ ਔਰ ਉਸ ਪੇ ਮੈਨੇ ਉਨਕੇ ਮੇਰੇ ਔਰ ਉਨਕੀ ਆਜ ਡਿਸਕਸ਼ਨ ਹੋਈ ਹੈ, ਲੇਕਿਨ ਵੋ ਸ਼ਹਿਰ ਕੇ ਡਿਪਟੀ ਮੇਅਰ ਹੈ, ਉਨ੍ਹੇ ਇੱਕ ਫੀਮੇਲ ਸੇ ਬਾਤ ਕਰਨਾ ਆਨੀ ਚਾਹੀਏ ਔਰ ਅਗਰ ਵੋ ਮੁਝਸੇ ਹੀ ਆਪਣੇ ਸਧਾਰਨ ਬੈਠਕ ਹੋਤੀ ਹੈ ਤਬੀ ਮੈਂ ਸਭਸੇ ਜੋ ਪਾਰਸ਼ਦਗਣ ਹੈ ਹਮਾਰੇ ਮਾਨਯ ਪਾਰਸ਼ਦਗਣ ਹੈ ਉਨਸੇ ਮੈਂ ਹਮੇਸ਼ਾ ਨਿਵੇਦਨ ਕਰਤੀ ਹੂੰ ਕਿ ਪਲੀਜ਼ ਆਪ ਲੋਗ ਜੋ ਮਰਿਆਦਾ ਹੈ ਉਸਕੀ ਉਸਕੋ ਮਰਿਆਦਾ ਮੈਂ ਰਹੇ, ਕਿਉਂਕਿ ਅਗਰ ਹਮ ਮੈਂ ਬਾਰ ਬਾਰ ਬੋਲਤੀ ਹੂੰ ਲੇਕਿਨ ਹਰ ਬਾਰ ਜੋ ਇਸ ਤਰ੍ਹਾਂ ਕਾ ਮਾਮਲਾ ਜੋ ਦੇਖਣੇ ਕੋ ਮਿਲਤਾ ਹੈ, ਲੇਕਿਨ ਮੈਂ ਬਾਰ ਬਾਰ ਹਿਦਾਇਤ ਦੇਤੀ ਹੂੰ ਲੇਕਿਨ ਫਿਰ ਵੀ ਇਹ ਲੋਗ ਨਹੀਂ ਮਾਨਤੇ, ਲੇਕਿਨ ਅਬ ਜੋ ਇਹ ਲੋਕ ਨਹੀਂ ਮਾਨ ਰਹੇ ਇਸ ਤਰ੍ਹਾਂ ਤੋ ਇਸ ਪੇ ਜੋ ਅਬ ਕਾਰਵਾਈ ਕਰਨੀ ਪੜੇਗੀ, ਲੇਕਿਨ ਅਗਰ ਦੁਬਾਰਾ ਸੇ ਇਸ ਤਰ੍ਹਾਂ ਕੋਈ ਐਸਾ ਦੁਬਾਰਾ ਸੇ ਇਸ ਤਰ੍ਹਾਂ ਕਾ ਕੋਈ ਦੁਬਾਰਾ ਮਾਮਲਾ ਜੋ ਇਸ ਤਰ੍ਹਾਂ ਕਾ ਆਤਾ ਹੈ ਤੋ ਉਸ ਪੇ ਜੋ ਹੈ ਕਾਰਵਾਈ ਜ਼ਰੂਰ।